ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ ਕਰੋ ਰਸਨਾ ਨੂੰ ਪਵਿੱਤਰ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਮਹਾਨ ਸ਼ਹੀਦੀ ਪਰਬ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾ ਰਹੇ ਹੋ, ਬੀਬੀਆਂ ਦੇ ਜਥੇ ਵੱਲੋਂ ਇਹ ਮਹਾਨ ਉਪਰਾਲਾ ਜੋ ਕਿ ਤਕਰੀਬਨ 50 ਦਿਨ ਹੋ ਗਏ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹਾਂ, ਬੜੇ ਪਿਆਰ ਸਤਿਕਾਰ ਦੇ ਨਾਲ ਬੜੀ ਸ਼ਰਧਾ ਦਾ ਸਬੂਤ ਦਿੰਦੇ ਹੋਏ ਨਿਤਾ ਪ੍ਰਤੀ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਨਿਤਾ ਪ੍ਰਤੀ ਆ ਕੇ ਗੁਰੂ ਘਰ ਦੇ ਵਿੱਚ ਜੁੜ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਤੋ ਸਲਾਹ ਕੀਤੀ ਹੈ। ਧੰਤਾ ਦੇ ਯੋਗ ਹਨ ਬੀਬੀਆਂ। ਸੋ ਆਓ ਭਾਈ ਸਾਹਿਬ ਜੀ ਸੰਤ ਕਰਤਾਰ ਸਿੰਘ ਜੀ ਜਿਨ੍ਹਾਂ ਪਾਸੋਂ ਆਪ ਜੀ ਨੇ ਬੜੀ ਮਿੱਠੀ ਆਵਾਜ਼ ਦੇ ਅੰਦਰ ਗੁਰੂ ਕਾ ਹਰਜਸ ਕੀਰਤਨ ਸਰਵਣ ਕੀਤਾ ਹੈ। ਸੋ ਬਹੁਤ ਹੀ ਪਿਆਰ ਵਾਲੇ ਨੇ ਭਾਈ ਸਾਹਿਬ ਜੀ, ਬੜਾ ਭਿੱਜ ਕੇ ਕੀਰਤਨ ਕਰਦੇ ਨੇ ਗੁਰੂ ਚਰਨਾਂ ਦੇ ਨਾਲ ਜੁੜ ਕੇ, ਔਰ ਬੜੀ ਬਖਸ਼ਿਸ਼ ਹੈ ਭਾਈ ਸਾਹਿਬ ਜੀ ਜਦੋਂ ਕੀਰਤਨ ਕਰਦੇ ਨੇ ਸੰਗਤ ਜਿਹੜੀ ਹੈ ਬਿਲਕੁਲ ਸ਼ਾਂਤ ਹੋ ਜਾਂਦੀ ਹੈ। ਜਦੋਂ ਆਪ ਮਨੁੱਖ ਜੀਵ ਕੀਰਤਨ ਦੇ ਨਾਲ ਜੁੜੇ ਅਤੇ ਹੋਰ ਵੀ ਜੁੜਦੇ ਨੇ, ਜੇ ਕੀਰਤਨੀਆਂ ਦਾ ਮਨ ਨਾ ਜੁੜੇ ਤਾਂ ਸੰਗਤ ਦਾ ਨਹੀਂ ਜੁੜ ਸਕਦਾ। ਬਹੁਤ ਹੀ ਪਿਆਰ ਭਾਈ ਸਾਹਿਬ ਦੇ ਨਾਲ, ਕਾਫੀ ਸਮਾਂ ਹੋ ਗਿਆ ਤਕਰੀਬਨ 25 ਸਾਲ ਦੇ ਨਾਲ ਭਾਈ ਸਾਹਿਬ ਦੇ ਨਾਲ ਸਾਂਝ, ਇੱਕ ਪਰਿਵਾਰੂ ਘਰੇਲੂ ਭਾਈ ਸਾਹਿਬ ਦੇ ਰਿਲੇਸ਼ਨ ਦਾਸ ਦੇ ਨਾਲ, ਸੰਤ ਜੀ ਪ੍ਰਧਾਨ ਸਾਹਿਬ ਜੀ ਦੇ ਨਾਲ ਬਹੁਤ ਪ੍ਰੇਮ ਕਰਦੇ ਨੇ ਔਰ ਬਹੁਤ ਹੀ ਮਿੱਠਾ ਕੀਰਤਨ ਕਰਦੇ ਨੇ। ਸਤਿਗੁਰੂ ਸੀਸ ਦੇ ਮਿਹਰ ਪ੍ਰਿਆਤ ਰੱਖਣ। ਆਓ ਸਾਰੇ ਹੀ ਜੁੜੀਏ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ, ਕੋਈ ਰਸਨਾ ਵਾਂਝੀ ਨਾ ਰਵੇ। ਸਭ ਸਦਕਾ ਵਾਹਿਗੁਰੂ, ਜਪੋ ਤੇਰਾ ਸਭ ਸਦਕਾ ਵਾਹਿਗੁਰੂ, ਤੇਰੀ ਸਭ ਰਚਨਾ ਵਾਹਿਗੁਰੂ, ਵਾਹਿਗੁਰੂ ਤੇਰੀ ਸਭ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਬਹੁਤ ਕਮਾਲ ਦਾ ਜੀਵਨ ਹੈ ਸਾਧ ਸੰਗਤ ਜੀਓ।
ਇੱਥੇ ਜ਼ੁਲਮ ਕਰਨ ਵਾਲਾ ਜਿਹੜਾ ਹੈ ਉਹਦੀ ਬੱਸ ਹੋ ਜਾਂਦੀ ਹੈ। ਚੰਦੂ ਕਹਿੰਦਾ ਜੇਕਰ ਤੂੰ ਮੇਰੀ ਗੱਲ ਨਾ ਮੰਨੀ ਤੇ ਇੱਕ ਗੱਲ ਚਿੱਤ ਦੇ ਅੰਦਰ ਬਿਠਾ ਲਵੀ ਮੈਂ ਕੀ ਕਰ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕੀ ਕਰ ਸਕਦੇ ਹੋ, ਕਹਿੰਦੇ ਨੇ ਤੱਤੀ ਤਵੀ ਤੇ ਬਿਠਾ ਦਾਂਗਾ ਜੇ ਮੇਰੀ ਨਾ ਗੱਲ ਮੰਨੀ। ਕਹਿੰਦੇ ਨੇ ਹੋਰ ਕੀ ਕਰ ਸਕਦੇ ਹੋ, ਕਹਿੰਦੇ ਨੇ ਇਸ ਸੋਲ ਸਰੀਰ ਨੂੰ ਦੇਗਾਂ ਦੇ ਵਿੱਚ ਉਬਾਲ ਦਾਂਗਾ ਜੇ ਮੇਰੀ ਗੱਲ ਨਾ ਮੰਨੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹੋਰ ਕੀ ਕਰ ਸਕਦੇ ਹੋ। ਕਹਿਣ ਦਾ ਭਾਵ ਹੈ ਕਿ ਇੱਥੇ ਜ਼ੁਲਮ ਕਰਨ ਵਾਲਾ ਜਿਹੜਾ ਉਹਦੀ ਬੱਸ ਹੋ ਗਈ, ਪਰ ਜਿਸ ਗੁਰੂ ਤੇ ਜ਼ੁਲਮ ਹੁੰਦੇ ਨੇ ਉਹ ਆਨੰਦ ਚਿੱਤ ਦੇ ਵਿੱਚ ਨੂੰ ਕੋਈ ਪਰਵਾਹ ਨਹੀਂ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਲੀ ਆਪ ਜਲਾਈ। ਔਰ ਕਵੀ ਦੀਆਂ ਦੋ ਲਾਈਨਾਂ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਕਹਿੰਦੇ ਨੇ ਆਸ਼ਕ ਆਸ਼ਕ ਸਭ ਕੋਈ ਆਖੇ ਸਿਰ ਟੇਢੀ ਪਗੜੀ ਧਰ ਕੇ, ਸਿਰ ਤੋਂ ਪਏ ਇਸ਼ਕ ਦਾ ਡੇਰਾ ਸਭ ਮੁੜ ਆਏ ਡਰ ਕੇ, ਮਾਨ ਮੁੰਨੀ ਤੇ ਖੁਦ ਹੀ ਤਕੱਬਰ ਕੋਈ ਨਾ ਸਕਿਆ ਜਰ ਕੇ, ਸੱਜਣਾ ਦੇ ਉਸ ਮਹਿਲ ਬਹਾਰੀ ਕੋਈ ਆਸ਼ਕ ਪਹੁੰਚਿਆ ਮਰ ਕੇ, ਕੋਈ ਆਸ਼ਕ ਪਹੁੰਚਿਆ ਮਰ ਕੇ। ਆਓ ਸਾਰੇ ਸ਼ਬਦ ਨਾਲ ਜੁੜੀਏ। ਜੇ ਸੁਖ ਦੇ ਤਾਂ ਤੁਜੈ ਅਰਾਦੀ, ਦੁੱਖ ਪੀ ਤੁਜੈ ਤਿਆਈ। ਜੇ ਸੁਖ ਦੇ ਤਾਂ ਤੁਜੈ ਅਰਾਦੀ, ਦੁੱਖ ਪੀ ਨਾਮ ਦੇ ਬਟਿਆ
ਆਓ ਸਤ ਸੰਗਤ ਜੀ ਇੱਕ ਸ਼ਬਦ ਦੀ ਹਾਜ਼ਰੀ ਹੋਰ ਭਰੀਏ। ਕਲਯੁਗ ਜਹਾਜ਼ ਅਰਜਨ ਗੁਰੂ ਕੋਈ ਰਸਨਾ ਵਾਂਝੀ ਨਾ ਰਵੇ, ਬੜੇ ਪਿਆਰ ਸਤਿਕਾਰ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰੀਏ। ਕਲਯੁਗ ਜਹਾਜ਼ ਅਰਜਨ ਗੁਰੂ, 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 ਸਗਲ ਸ੍ਰਿਸ਼ਟ ਲਗ ਪੇਤਰੋ, ਸਗਲ ਸ੍ਰਿਸ਼ਟ ਲਗ ਪੇਤਰੋ, ਕਲਯੁਗ ਜਹਾਜ਼ ਅਰਜਨ ਗੁਰੂ, ਜਹਾਜ਼ ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ ਗੁਰੂ। ਸਤ ਸੰਤੋਖ ਧਰਿਓਰ, ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓਰ, ਆਤ ਪੁਰਖ ਤਕ ਲਿਖ ਅੱਛਰ ਮਸਤਕ ਧਰਿਓਰ, ਅਸਥਰ ਮਸਤਕ ਧਰਿਓਰ, ਕਲਯੁਗ ਜਹਾਜ਼ ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ ਗੁਰੂ, ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ ਗੁਰੂ। ਪ੍ਰਗਟ ਜੋਤ ਜਗ ਬਗੈ ਤੇਜ ਭੂ ਮੰਡਲ ਛਾਇਓ, ਪਾਰਸ ਪਰਸ ਪਾਰਸ ਪਰਸ ਗੋਰ ਗੁਰੂ ਕਹਾਇਓ, ਗੋਰ ਗੁਰੂ ਕਹਾ ਜਹਾਜ਼ ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ ਗੁਰੂ, ਕਲਯੁਗ ਜਹਾਜ਼ ਅਰਜਨ।
ਮਨ ਪੱਥਰਾ ਮੂਰਤ ਸਦਾ ਥਿਰ ਮਨ ਪੱਥਰਾ ਮੂਰਤ ਸਦਾ ਥਿਰ ਲਾਏ ਚਿੱਤ ਸਨ ਮੁਖ ਮੂਰਤ ਸਦਾ ਥਿਰ ਲਾਏ ਚਿੱਤ ਸਨ ਮੁਖ ਰਹੋ ਲਾਏ ਚਿੱਤ ਸਨ ਮੁਖ ਰਹੋ ਕਲ ਯੁਗ ਜਹਾਂ ਅਰਜਨ ਗੁਰੂ ਕਲ ਯੁਗ ਜਹਾਂ ਅਰਜਨ ਗੁਰੂ ਕਲ ਯੁਗ ਜਹਾਂ ਅਰਜਨ ਗੁਰੂ ਸ੍ਰਿਸ਼ਟਿ ਲਗ ਬੇਤਰੋ ਸਕਲ ਸ੍ਰਿਸ਼ਟਿ ਲਗ ਬੇਤਰੋ ਕਲ ਯੁਗ ਜਹਾਂ ਅਰਜਨ ਗੁਰੂ 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 ਅਰਜਨ ਗੁਰੂ ਕਲ ਯੁਗ ਜਹਾਂ ਅਰਜਨ ਗੁਰੂ ਕਲ ਯੁਗ ਜਹਾਂ ਅਰਜਨ ਗੁਰੂ ਕਲ ਯੁਗ ਜਹਾਂ ਅਰਜਨ ਗੁਰੂ ਅਰਜਨ ਗੁਰੂ ਅਰਜਨ ਗੁਰੂ ਚੁੱਕਾਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਹੁਣੇ ਆਪ ਜੀ ਨੇ ਭਾਈ ਸਾਹਿਬ ਭਾਈ ਬਹਾਦਰ ਸਿੰਘ ਜੀ ਹੁਣਾਂ ਪਾਸੋਂ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਧੰਨਵਾਦੀ ਹਾਂ ਭਾਈ ਸਾਹਿਬ ਹੋਣਾ ਦਾ ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਲਾਹਾ ਖੱਟਿਆ ਸੋ ਹੁਣ ਆਪ ਜੀ ਦੇ ਸਾਹਮਣੇ ਪੰਥ ਦੇ ਮਹਾਨ ਢਾਡੀ ਜਥਾ ਬੀਬੀ ਪੁਸ਼ਪਿੰਦਰ ਕੌਰ ਜੀ ਜੋ ਜਲੰਧਰ ਤੋਂ ਹਨ ਉਹ ਸਾਡੇ ਵਿੱਚ ਆ ਚੁੱਕੇ ਹਨ ਪਰ ਉਹਨਾਂ ਤੋਂ ਪਹਿਲੇ 2 ਮਿੰਟ ਦੇ ਲਈ ਬੱਚੀ ਨਵਦੀਪ ਕੌਰ ਇੱਕ ਸ਼ਬਦ ਦੇ ਰਾਹੀਂ ਕਿਉਂਕਿ ਬੱਚੇ ਦੀ ਮਨ ਦੀ ਚਾਹ ਹੈ ਕਿ ਮੈਂ ਇੱਕ ਸ਼ਬਦ ਪੜ੍ਹਨਾ ਹੈ ਅਤੇ ਗੁਰਬਾਣੀ ਦੇ ਨਾਲ ਬੱਚੇ ਦਾ ਜੁੜਨਾ ਬਹੁਤ ਜ਼ਰੂਰੀ ਹੈ ਸੋ ਬੱਚੇ ਦੀ ਇੱਛਾ ਨੂੰ ਮੁੱਖ ਰੱਖਦੇ ਹੋਏ ਇੱਕ ਗੁਰਬਾਣੀ ਦੇ ਸ਼ਬਦ ਦੇ ਨਾਲ ਬੱਚਾ ਸਾਧਸੰਗ ਨੂੰ ਜੋੜੇਗਾ ਬੱਚੀ ਨਵਦੀਪ ਕੌਰ ਸਾਧਸੰਗ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਹੀਦੀ ਪਰਵ ਜੋ ਆਪ ਸਭ ਰਲ ਮਿਲ ਕੇ ਬਹੁਤ ਹੀ ਉੱਦਮ ਦੇ ਨਾਲ ਮਨਾ ਰਹੇ ਹੋ